بولے سونے حال ساس بھی اکال کپتان سنگھ نے بہت سونی گل کہی آ بھی اسی لمبی جڑی سوچ نہیں دیکھتے اسی ریئیکٹو ہو جاندے ہاں تاں کہ وی ریئیکٹو ہوندے وی اسی ایک دوجے دے بچ دے دشمن ہو جاندے ہاں تاں جڑا ساڈی اصلی دشمن آ اونوں شاید اسی اوناں وال ساڈا فائر کٹ ہوندا اج دے سنکٹ دے وچ تسی دیکھ لیا وی ساڈے پنتھک جتھےبندیاں وی شاید دفاڑ ہیگیاں ساڈی سرمور سنستھا اکال تخت جتھے تک مینوں پتا اوہ چپ ہے اسٹیج تے کوئی اوناں نے حکم نہیں جاری کیتا پہلا تاں ہے ہی ہے ਇਸ ਸਥਿਤੀ ਦੇ ਵਿੱਚ ਤੁਸੀਂ ਕੀ ਐਨਾਲਿਸਿਸ ਕਰਦੇ ਹਾਂ ਇਹ ਜੀ ਹੈ ਜਿਸ ਵਿਸ਼ੇ 'ਤੇ ਅਸੀਂ ਇਕੱਠੇ ਹੋਏ ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਦੀ ਆਈਡੈਂਟੀ ਨੂੰ ਲੈ ਕੇ ਜੋ ਇਹ ਹਿੰਦੂਵਾਦ ਜੋ ਅਡੰਬਰ ਰਚ ਰਿਹਾ ਇਹ ਜਿਵੇਂ ਦੱਸਿਆ ਜਾ ਚੁੱਕਾ ਦਿੱਲੀ ਵਾਲੇ ਨੁਮਾਇੰਦੇ ਤੋਂ ਇਹ ਪਹਿਲੀ ਵਾਰ ਨਹੀਂ ਤਾਂ ਨਾ ਇਹ ਆਖਰੀ ਵਾਰ ਹੈ ਆਈ ਗੱਲ ਸਾਡੀ ਆਪਣੀ ਅਸੀਂ ਇੱਕ ਐਸੀ ਸੰਕਟ ਵਿੱਚ ਫਸ ਚੁੱਕੇ ਹਾਂ ਅੱਜ ਨਹੀਂ ਕਈ ਦਹਾਕਿਆਂ ਤੋਂ ਕਿ ਸਾਡੀ ਆਪਣੀਆਂ ਜਥੇਬੰਦਕ ਲੀਡਰਾਂ ਦੀਆਂ ਹੋਮੀਆਂ ਸਾਡੇ ਆਪਣੇ ਜਥੇਬੰਦਕ ਲੀਡਰਾਂ ਦੀਆਂ ਸਰਕਾਰੀ ਸਾਂਝ ਬਾਂਝ ਕਰਕੇ ਔਰ ਸਾਡੇ ਆਪਣੇ ਜਥੇਬੰਦਕ ਲੀਡਰਾਂ ਦੇ ਗੈਰ ਅਸੂਲਨ ਸੋਚ ਕਰਕੇ ਜਿਹੜੇ ਆਪਣੇ ਆਪ ਨੂੰ ਪੰਥ ਕਹਾਉਂਦੇ ਆ ਕਈ ਆਪਣੇ ਆਪ ਨੂੰ ਪਿੰਡਰਾਂ ਵਾਲੇ ਦੇ ਭਤੀਜੇ ਵੀ ਕਹਾਉਂਦੇ ਆ ਅਤੇ ਕਈ ਹੋਰ ਪ੍ਰਕਾਰ ਦੇ ਰੰਗ ਬਿਰੰਗੇ ਟਾਈਟਲਾਂ ਦਿੰਦੇ ਨੇ ਚਲੋ ਆਪਾਂ ਕਿਸੇ ਦਾ ਨਾਂ ਨਹੀਂ ਲੈਣਾ ਆਪਾਂ ਜਿਹੜੇ ਇਸ਼ੂ ਤੇ ਗੱਲ ਕਰੀਏ ਨਾਂ ਨਾ ਕਿਸੇ ਦਾ ਲਈਏ ਜ਼ਿਕਰ ਕਰ ਦਿੱਤਾ ਆ ਮੈਂ ਨਾਂ ਸਿੱਧਾ ਉਹਦਾ ਲਿਆ ਨਹੀਂ ਉਹ ਜਾਣ ਕੇ ਨਹੀਂ ਲਿਆ ਤੁਹਾਡੀਆਂ ਰੂਲਾਂ ਕਰਕੇ ਪ੍ਰਮੋਦਾਂ ਆਤਮਕ ਤੌਰ 'ਤੇ ਨਾਂ ਲੈ ਤਾ ਉਹਦਾ ਆਹੀ ਗੱਲ ਇਹ ਬੜੀ ਸ਼ਰਮਨਾਕ ਗੱਲ ਹੈ ਸਾਡੀ ਕਿ ਅਸੀਂ ਆਪਣੇ ਦਸਮ ਪਿਤਾ ਜੀ ਦਸਵੇਂ ਗੁਰੂ ਨਾਨਕ ਜੀ ਦਾ ਐਸਾ ਉਹ ਡੰਬਰ ਇੱਕ ਦੁਸ਼ਮਣ ਸ਼ਕਤੀ ਦੁਸ਼ਮਣ ਸ਼ਕਤੀ ਸਰਕਾਰ ਦੁਸ਼ਮਣ ਕੌਮ ਉਹ ਸਾਡੇ ਗੁਰੂਆਂ ਨੂੰ ਪਕੜ ਕੇ ਆਪਣਾ ਗੁਰੂ ਬਣਾ ਰਹੇ ਆਪਣਾ ਇੱਕ ਡਿਮੋਟਿਡ ਅੰਗ ਬਣਾ ਰਹੇ ਹੈ ਜਿਹੜੀ ਕਿ ਉਹਨਾਂ ਉਸ ਦੁਸ਼ਮਣ ਦੀ ਇੱਕ ਕਮਜ਼ੋਰੀ ਦੀ ਨਿਸ਼ਾਨੀ ਹੈ ਕਿ ਉਹ ਸਿੱਧੇ ਤੌਰ 'ਤੇ ਉਹ ਸਾਡਾ ਸਾਹਮਣਾ ਨਹੀਂ ਕਰ ਸਕਦੇ ਸੋ ਸਾਡੀਆਂ ਚੀਜ਼ਾਂ ਨੂੰ ਫੜ ਫੜ ਕੇ ਸਾਡਾ ਸ਼੍ਰੋਮਣੀ ਅਕਾਲੀ ਦਲ ਸਾਡਾ ਦਮਦਮ ਟਕਸਾਲ ਸਾਡਾ ਅਕਾਲ ਤਖਤ ਸਾਹਿਬ ਤਾਂ ਹੁਣ ਸਾਡੇ ਗੁਰੂਆਂ ਦੇ ਨਾਂ ਵੀ ਉਹ ਪਕੜ ਕੇ ਉਹ ਆਪਣੇ ਬਣਾ ਰਹੇ ਹੈ